ਤਹਿਰੀਮ ਦੇ ਵੇੜੇ ਦੀ ਸ਼ਾਨ ਤੇ ਮਾਨ ਵਧਾਉਣ ਵਾਲੇ ਸਾਰੇ ਜੀਆਂ ਨੂੰ ਮੈਂ ਜੀਆਂ ਆਆਂ ਨੂੰ ਆਖਨੀ ਆਂ ਹਜ਼ਰਤ ਬਾਬਾ ਬੁੱਲੇ ਸ਼ਾਹ ਹੋਣਾ ਦੀ ਕਾਫੀ ਪੇਸ਼ੇ ਖਿਦਮਤ ਤੇ ਰੋਜ਼ੇ ਹੱਜ ਨਮਾਜ਼ ਨਿਮਾਏ ਰੋਜ਼ੇ ਹੱਜ ਨਮਾਜ਼ ਨਿਮਾਏ ਮੈਨੂੰ ਪਿਆ ਨੇ ਆਉਣ ਬੁਲਾਏ ਜਾਂ ਪਿਆ ਦੀਆਂ ਖਬਰਾਂ ਪਈਆਂ ਮੰਤਕ ਨਹਵ ਸਵੇ ਭੁੱਲ ਗਈਆਂ ਉਸ ਅਨਹਦ ਤਾਰ ਵਜਾਏ ਰੋਜ਼ ਹੱਜ ਨਮਾਜ਼ ਨਿਮਾਏ ਮੈਨੂੰ ਪਿਆਨੇ ਆਉਣ ਭੁਲਾਏ ਜਾਂ ਪਿਆ ਮੇਰੇ ਘਰ ਆਇਆ ਭੁੱਲੀ ਮੈਨੂੰ ਸ਼ਰਾਬ ਕਾਇਆ ਹਰ ਮਜ਼ਹਰ ਵਿੱਚ ਉਹ ਹਾ ਦਿਸਦਾ ਅੰਦਰ ਬਾਹਰ ਜਲਵਾ ਉਸਦਾ ਉਲੇ ਲੋਕਾਂ ਖਬਰ ਨਕਾਏ ਰੋਜ਼ੇ ਹੱਜ ਨਮਾਜ਼ ਨਿਮਾਏ ਮੈਨੂੰ ਪਿਆਨੇ ਆਣ ਬੁਲਾਏ ਇਸ ਕਾਫੀ ਵਿੱਚ ਬਾਬਾ ਬੁੱਲੇ ਸ਼ਾ ਫਰਮਾਉਂਦੇ ਨੇ ਕਿ ਜਦ ਮੈਨੂੰ ਪਿਆ ਮਿਲ ਗਿਆ ਮੈਨੂੰ ਪਿਆ ਦੇ ਆਣ ਦੀ ਖਬਰ ਮਿਲ ਗਈ ਤੇ ਮੈਂ ਸਭ ਕੁਝ ਭੁੱਲ ਗਿਆ ਨਮਾਜ਼ ਰੋਜ਼ਾ ਮੰਤਕ ਨਹਾਵ ਸਭ ਕੁਝ ਭੁੱਲ ਗਿਆ ਕਿਉਂਕਿ ਖੁਦਾ ਦੇ ਨਾਲ ਮੈਂ ਇਸ ਤਰ੍ਹਾਂ ਜੁੜ ਗਿਆ ਜਦੋਂ ਉਹਦਾ ਵਿਸਾਲ ਹੋ ਗਿਆ ਤੇ ਫੇਰ ਹਰ ਵਕਤ ਹੀ ਰੋਜ਼ਾ ਤੇ ਹਰ ਵਕਤ ਹੀ ਹੱਜ ਤੇ ਹਰ ਵੇਲੇ ਹੀ ਨਮਾਜ਼ ਕਿਉਂਕਿ ਜਿੱਧਰ ਵੀ ਮੈਂ ਤੱਕਣਾ ਮਾਂ ਉਧਰ ਹੀ ਰੱਬ ਹੀ ਰੱਬ ਹੈ ਫਿਰ ਤੇ ਕੁਝ ਹੋਰ ਯਾਦ ਹੀ ਨਹੀਂ ਰਹਿੰਦਾ ਨਾ ਸ਼ਰਾ ਯਾਦ ਰਹਿੰਦੀ ਐ ਨਾ ਕੋਈ ਹੋਰ ਚੀਜ਼ ਨਾ ਯਾਦ ਰਹਿੰਦੀ ਐ ਹਰ ਪਾਸੇ ਤੇ ਹਰ ਵੇਲੇ ਜਿਹੜਾ ਦਿਸਦਾ ਉਹ ਸਿਰਫ ਰੱਬ ਹੈ ਹਰ ਮਜ਼ਰਬ ਮਜ਼ਰਬ ਵਿੱਚ ਉਹ ਆ ਦਿਸਦਾ ਅੰਦਰ ਬਾਹਰ ਜਲਵਾ ਉਸਦਾ ਯਾਨੀ ਜਿੱਧਰ ਦੇਖਦਾ ਹੂੰ ਉਧਰ ਤੂੰ ਹੀ ਤੂੰ ਹੈ ਤੇ ਰੱਬ ਦੇ ਨਾਲ ਜਦੋਂ ਜੁੜ ਜਾਂਦਾ ਹੈ ਨਾ ਸੱਚਾ ਆਸ਼ਿਕ ਤੇ ਫਿਰ ਇਹੀ ਹੁੰਦਾ ਕਿ ਉਹਨੂੰ ਚੋਰ ਚਫੇਰੇ ਰਾਬੀ ਦਿਸਦਾ ਹੈ ਜਿਹੜੇ ਭੁੱਲੇ ਲੋਕ ਨੇ ਨਾ ਜਿਨ੍ਹਾਂ ਨੇ ਰੱਬ ਨਾਲ ਆਪਣਾ ਰਿਸ਼ਤਾ ਮਜ਼ਬੂਤ ਨਹੀਂ ਕੀਤਾ ਉਹਨਾਂ ਨੂੰ ਇਹਦੀ ਸਮਝ ਨਹੀਂ ਪਰ ਜਿਨ੍ਹਾਂ ਨੇ ਮਜ਼ਬੂਤ ਕਰ ਲਿੱਤਾ ਉਹਨਾਂ ਨੂੰ ਫਿਰ ਹਰ ਪਾਸੇ ਤੇ ਹਰ ਵੇਲੇ ਰੱਬ ਹੀ ਦਿਸਦਾ ਤੇ ਉਹ ਰੱਬ ਦੇ ਨਾਲ ਹੀ ਰਹਿੰਦੇ ਨੇ ਹਰ ਵੇਲੇ ਇਹ ਅੱਲਾ ਦੇ ਨੇਕ ਬੰਦਿਆਂ ਦੀ ਨਿਸ਼ਾਨੀ ਹੈ ਸੋਣਾ ਰੱਬ ਤੁਹਾਨੂੰ ਰਾਜ਼ੀ ਰੱਖੇ